ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮੈ ਮੈਂ ਡਾਕਟਰ ਗੁਰਮਿੰਦਰ ਸਿੰਘ ਮਰਾੜ ਤੇ ਹੁਣ ਕਾਫੀ ਜਗ੍ਹਾ ਦੇ ਉੱਤੇ ਕਿਸਾਨ ਵੀਰਾਂ ਨੂੰ ਜਿਹੜੀ ਸਮੱਸਿਆ ਆਈ ਹੈ ਤੇ ਉਹ ਸਵਾਲ ਆਇਆ ਕਿ ਸਾਡਾ ਚੋਨਾ ਜਿਹੜਾ ਹੈਗਾ ਉਹ ਜਲਦੀ ਨਸਾਰਾ ਕਰਨ ਲੱਗ ਪਿਆ ਪਨੀਰੀ ਲਾਉਣ ਤੋਂ ਬਾਅਦ ਕੁਝ ਟਾਈਮ ਬਾਅਦ ਹੀ ਕੋਈ ਮਹੀਨੇ ਬਾਅਦ ਕੋਈ 35 ਦਿਨਾਂ ਬਾਅਦ ਜਿਹੜਾ ਹੈਗਾ ਨਸਾਰਾ ਕਰਨ ਲੱਗ ਪਿਆ ਜਾਂ 40 ਦਿਨਾਂ ਬਾਅਦ ਤਾਂ ਉਹਦੇ ਵਿੱਚ ਆਪਾਂ ਕੀ ਨੁਕਤਾ ਵਾਰ ਸਕਦੇ ਆ ਗੱਲ ਮਤਲਬ ਅੰਗੇਲੀ ਕਿੱਥੇ ਹੋਈ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਾ ਬਲਿਉ ਫੇਸਬੁਕ ਪੇਜ ਤੇ ਦੇ ਰਹੇ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਸਭ ਤੋਂ ਵੱਡੀ ਗੱਲ ਤਾਂ ਹੈ ਕਿਸਾਨ ਵੀਰੋ ਕਿ ਪਹਿਲਾਂ ਵੀ ਆਪਾਂ ਸ਼ੁਰੂਆਤ ਚ ਕਹਿੰਦੇ ਰਿਹਾ ਕਿ ਜਿਹੜੀਆਂ ਖਾਸ ਤੌਰ ਤੇ ਘੱਟ ਸਮੇਂ ਵਾਲੀਆਂ ਕਿਸਮਾਂ ਨੇ ਪੀਆਰ 126 ਹੈ ਪੂਸਾ ਬਾਸਮਤੀ 1509 1847 ਤੇ ਹੋਰ ਵੀ ਕਿਸਮਾਂ ਜਿਹੜੀਆਂ ਦਰਮਿਆਨੇ ਸਮੇਂ ਵਾਲੀਆਂ ਪੀਆਰ ਕਿਸਮਾਂ ਨੇ ਕਿ ਪਨੀਰ ਹੀ ਆਪਾਂ ਜਿੰਨੀ ਛੋਟੀ ਤੋਂ ਛੋਟੀ ਲਾ ਸਕਦੇ ਓੰਨੀ ਲਾਈਏ ਘੱਟ ਸਮੇਂ ਵਾਲੀਆਂ ਕਿਸਮਾਂ ਦੇ ਵਿੱਚ 22-25 ਦਿਨ ਦੀ ਪਨੀਰੀ ਸਭ ਤੋਂ ਵਧੀਆ ਹੁੰਦੀ ਹੈ 27-28-29 ਦਿਨ ਤੱਕ ਲਾ ਸਕਦੇ ਆ ਪਰ ਉਦੋਂ ਉੱਤੇ ਜਿਵੇਂ ਜਿਵੇਂ ਇੱਕ ਇੱਕ ਦਿਨ ਵਧਦੀ ਜਾਂਦੀ ਹੈ ਤਾਂ ਉਵੇਂ ਹੀ ਉਹਦੇ ਤਣੇ ਦੇ ਵਿੱਚ ਗੰਡਾਂ ਪੈਣ ਲੱਗ ਪੈਂਦੀਆਂ ਨੇ ਇੱਕ ਤਾਂ ਫੂਟ ਨਹੀਂ ਕਰਦੀ ਇੱਕ ਉਹ ਫਿਰ ਹਰੀ ਪ੍ਰੋਡਕਟ ਆਫ ਫੇਜ਼ਲ ਨੂੰ ਵਧਣ ਲੱਗ ਪੈਂਦੀ ਜਿਹੜੀ ਘੱਟ ਸਮੇਂ ਵਾਲੀ ਕਿਸਮਾ ਉਹ ਜਿੰਨੀ ਜਲਦੀ ਸ਼ੁਰੂਆਤ ਦੇ ਵਿੱਚ ਜਦੋਂ ਆਪਾਂ ਛੋਟੀ ਪਨੀਰੀ ਲਾਉਣੇ ਜਿੰਨਾ ਉਹ ਜਲਦੀ ਫਟਾਰਾ ਕਰਦੀ ਹੈ ਉਨੀ ਹੀ ਜਲਦੀ ਉਹ ਜਿਹੜੀ ਉਦੋਂ ਬਾਅਦ ਰਿਪ੍ਰੋਡਕਟ ਆਫ ਫੇਜ਼ਲ ਨੂੰ ਜਾਂਦੀ ਹੈ 23 ਦਿਨ ਦੀ ਆਪਾਂ ਪਨੀਰੀ ਲਾਈ ਤਾਂ ਉਦੋਂ ਬਾਅਦ ਤਕਰੀਬਨ 95 ਤੋਂ 100 ਦਿਨ ਹੁੰਦਾ ਪੀਆ 126 ਜਾਂ ਹੋਰ ਘੱਟ ਸਮੇਂ ਵਾਲੀਆਂ ਕਿਸਮਾਂ ਕੋਲੇ ਪੱਕਣ ਤੇ ਤੇ 40 ਦਿਨ ਤਾਂ ਘੱਟੋ ਘੱਟ ਚਾਹੀਦੇ ਜਦੋਂ ਅਨੁਸਾਰਾ ਸ਼ੁਰੂ ਹੋ ਗਿਆ ਤੇ ਉਹਦੇ ਵਿੱਚ ਗਾਂ ਫਲਾਵਰਿੰਗ ਹੋਣੀ ਆ ਦੁੱਧਾ ਪਰਣਾ ਸ਼ੁਰੂ ਹੋਣਾ ਫਿਰ ਦਾਣੇ ਨੇ ਪੱਕ ਮਾ ਵੱਡਣਾ ਹੈਗਾ ਸਾਈਜ਼ ਵੱਡਣਾ ਫਿਰ ਉਹਨੇ ਪੱਕਣਾ 40 45 ਦਿਨ ਤਾਂ ਵੈਸੇ ਹੀ ਚਾਹੀਦੇ ਹੁੰਦੇ ਆ ਜਿਹੜੀ ਤੁਸੀਂ ਘੱਟ ਸਮੇਂ ਵਾਲੀ ਕਿਸਮਾ ਜਿਹੜੀ ਹੈਗੀ ਆ ਉਹ ਤਕਰੀਬਨ ਤਕਰੀਬਨ 50 ਦਿਨ ਤੋਂ ਉੱਪਰ ਤਾਂ ਪੂਰੀ ਗੋਪ ਦੇ ਵਿੱਚ ਹੁੰਦੀ 60 ਦਿਨ ਤੇ ਜਾ ਕੇ ਅਨਸਾਰ ਆ ਉਹਦਾ ਤਕਰੀਬਨ ਹੋ ਜਾਂਦਾ ਤੇ ਜਿਹੜੀ ਤੁਸੀਂ ਪਨੀਰੀ ਵੱਡੀ ਲਾਤੀ ਮੰਨ ਲਓ ਵੀ 35 ਦਿਨ ਦੀ ਲਾਤੀ ਵੀ ਆਰ 126 ਦੀ ਪਨੀਰੀ ਤਾਂ ਉਹਦੇ ਤਣੇ ਨੂੰ ਗੰਨਾ ਪੈ ਜਾਂਦੀਆਂ ਕਈ ਵਾਰ ਕੀ ਹੁੰਦਾ ਕਿ ਉਹ ਲੱਗ ਵੀ ਕਈ ਵਾਰ ਕੱਦੂ ਜਾਂ ਪਾਣੀ ਵੱਧ ਪਰਦੇ ਲੱਗ ਵੀ ਡੂੰਗੀ ਜਾਂਦੀ ਹੈ ਹਫ਼ਤਾ ਦੋ ਹਫ਼ਤੇ ਉਹ ਫਟਾਰਾ ਨਹੀਂ ਸ਼ੁਰੂ ਕਰਦੀ ਤੇ ਉਸ ਤੋਂ ਬਾਅਦ 2-3 ਹਫ਼ਤੇ ਬਾਅਦ ਫਿਰ ਉਹ ਰਿਪਰੋਡਕਟ ਫੇਜ਼ ਵਾਲ ਨੂੰ ਜਾਣੀ ਸ਼ੁਰੂ ਹੋ ਜਾਂਦੀ ਹੈ ਤੇ ਹੁਣ ਜਿਹੜਾ ਹੈਗਾ ਕਈ ਜਗ੍ਹਾ ਤੇ ਉਤੋਂ ਕਿਸਾਨ ਵੀਰਾਂ ਦੇ ਜਿਹੜੇ ਸਵਾਲ ਹੈ ਕਿ ਵਿਚਾਲੇ ਵਿਚਾਲੇ ਉਟਾਣੀਆਂ ਜਿਹੜੀਆਂ ਮੁੰਜਰਾਂ ਕੱਢਣ ਲੱਗ ਪਈਆਂ ਉਹਦੇ ਵਿੱਚ ਕਈਆਂ ਦਾ ਇਹ ਜਿਹੜਾ ਹੈਗਾ ਜਿਹੜੀ ਇੱਕ ਦੂਜੇ ਨਾਲ ਰੈ ਕਰਦੇ ਜਾਂ ਕਿਸਾਨ ਵੀਰਾਂ ਦੀ ਇਹੀ ਜਿਹੜੀ ਹੈਗੀ ਮੁੱਖ ਤੌਰ ਤੇ ਆਪਣੇ ਕੋਲ ਨੋਸਕਾ ਕੀ ਹੈ ਕਿ ਜਲਦੀ ਜਲਦੀ ਇਹਨੂੰ ਯੂਰ ਗਿਆ ਪਾਈ ਚਲੋ ਤੇ ਸਾਈਡਾਂ ਵਾਲੀਆਂ ਸ਼ਖਾਵਾਂ ਜਿਹੜੀਆਂ ਫੂਟ ਕਰਨ ਲੱਗ ਪੈਣੀਆਂ ਪਰ ਤੁਹਾਨੂੰ ਇੱਕ ਗੱਲ ਮੈਂ ਕਲੀਅਰ ਕਰ ਦੱਸ ਦਿਆਂ ਕਿ ਜਦੋਂ ਇਹਦਾ ਰਿਪਰੋਡਕਟ ਫੇਜ਼ ਸ਼ੁਰੂ ਹੋ ਗਿਆ ਮੰਨ ਲਓ ਕਿ ਉਦੇ ਵਿੱਚ ਕੀ ਹੈ ਜਦੋਂ ਤੁਸੀਂ ਯੂਰੀਆ ਪਾਉਂਗੇ ਸਾਈਡਾਂ ਵਾਲੀਆਂ ਸ਼ਿਖਾਵਾਂ ਬੇਸ਼ੱਕ ਜਿਹੜੀਆਂ ਹੈਗੀਆਂ ਫੋਟ ਹੋਰ ਕਰਨ ਪਰ ਉਹ ਛੋਟੀਆਂ-ਛੋਟੀਆਂ ਮੁੰਜਰਾਂ ਕੱਢ ਜਾਣਗੀਆਂ ਨਾਲ ਦੀ ਜਿਹੜੀ ਵਿਚਾਲੜੀ ਮੁੰਜਰਾ ਜਿਹੜੀ ਪਹਿਲਾਂ ਨਿਕਲੀ ਆ ਉਹ ਪੱਕਣੀ ਸ਼ੁਰੂ ਹੋ ਜੂ ਸਾਈਡਾਂ ਵਾਲੀਆਂ ਜਿਹੜੀਆਂ ਹੈਗੀਆਂ ਨਿੱਕੀਆਂ-ਨਿੱਕੀਆਂ ਮੁੰਜਰਾ ਨਿਕਲਣਗੀਆਂ ਤੇ ਯੂਰੀਆ ਜਿਹੜੀ ਤੁਸੀਂ ਵੱਧ ਪਾਈ ਹੈ ਉਹਦੇ ਨਾਲ ਉਹ ਵੀ ਫੋਕੀਆਂ ਹੀ ਤਕਰੀਬਨ ਨਿਕਲਣਗੀਆਂ ਕੋਈ ਦਾਣਾ ਬਣਨ ਵਾਲਾ ਮਸਲਾ ਨਹੀਂ ਬਣਨਾ ਤੇ ਇਹਦੇ ਕਰਕੇ ਜਿਹੜੇ ਕੋਈ ਮਤਲਬ ਘੱਟ ਫੋਟ ਤੇ ਵੀ ਜਿਹੜਾ ਕੋਈ ਨਸਾਰਾ ਕਰਨ ਲੱਗ ਪਿਆ ਉਹਦੇ ਵਿੱਚ ਆਪਾਂ ਇਹ ਕਰ ਸਕਦੇ ਹਾਂ ਕਿ 13045 NPK 13045 2 ਤੋਂ 3 ਕਿਲੋ 150 150 ਲੀਟਰ ਪਾਣੀ ਦੇ ਵਿੱਚ ਉਹਦੀ ਸਪਰੇਅ ਕਰੋ ਤਾਂ ਕਿ ਆਪਾਂ ਜਿਹੜਾ ਹੈਗਾ ਕਿਉਂਕਿ ਉਹ ਚਿਤਾਵਨ ਹੈਗਾ ਤੇ ਫੋਕ ਆਪਾਂ ਜਿੰਨੀ ਘਟਾ ਸਕਦੇ ਆ ਉਹ ਘਟਾਈਏ ਤੇ 13045 ਇੱਕ ਜਾਂ ਦੋ ਸਪਰਿਆਂ ਤੁਸੀਂ ਜਿਹੜਾ ਹੈਗਾ ਲਾਜ਼ਮੀ ਨਸਾਰਾ ਕੰਪਲੀਟ ਹੁੰਦੇ ਹੁੰਦੇ ਕਰ ਸਕਦੇ ਜਿੰਨੀ ਤੁਸੀਂ ਇਹ ਕਰ ਲਓਗੇ ਜਾਂ ਕੋਈ ਮਾਈਨੋਰਸਿਟ ਵਗੈਰਾ ਉਹ ਕਰ ਸਕਦੇ ਜੇ ਕਰਨੇ ਆ ਤਾਂ ਪਰ ਉੱਚ ਤਾਪਮਾਨ ਜਿਹੜਾ ਹੁਣ ਝੋਨਾ ਨੇ ਸ਼ੁਰੂ ਉਹਦੇ ਵਿੱਚ ਫੋਕ ਬਣਨੀ ਲਾਜ਼ਮੀ ਹੈ ਤਾਪਮਾਨ ਬਹੁਤ ਉੱਚਾ ਜਾ ਰਿਹਾ ਪਨੀਰੀ ਥੋੜੀ ਵੱਡੀ ਲੱਗੀ ਹੋਈ ਵੱਡਾ ਕਾਰਨ ਇਹ ਆ ਹੋਰ ਕੋਈ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਹੈਗੀ ਕਿਉਂਕਿ ਕਿਸਾਨ ਵੀਰਾਂ ਨੂੰ ਐਂ ਲੱਗਦਾ ਕਿ ਜਿਹੜਾ ਹੈਗਾ ਝੋਨੇ 'ਚ ਕੋਈ ਜਿਹੜੀ ਕੋਈ ਸਮੱਸਿਆ ਆ ਗਈ ਜਾਂ ਕੋਈ ਇਹ ਜਲਦੀ ਕਰਨ ਲੱਗ ਪਿਆ ਨਸਾਰਾ ਪਰ ਉਹਦੇ ਵਿੱਚ ਕਈ ਵਾਰ ਆਪਾਂ ਨੂੰ ਪਤਾ ਨਹੀਂ ਰਹਿੰਦਾ ਦਿਨਾਂ ਦਾ ਪਨੀਰੀ ਵੱਡੀ ਲੱਗੀ ਹੋਊਗੀ ਨਸਾਰਾ ਤਾਂ ਉਹ ਗਰਮੈਸ਼ ਦੇ ਵਿੱਚ ਜਿਹੜਾ ਹੈਗਾ ਕਰਦਾ ਸੋ ਬੇਨਤੀ ਇਹ ਹੈ ਕਿ ਉਹਦੇ ਵਿੱਚ ਆਪਾਂ ਐਨਪੀਕੇ ਵਗੈਰਾ ਦੀ ਸਪਰੇਅ ਕਰ ਲਈਏ ਫੋਗ ਘਟਾਉਣ ਦੀ ਜਿਹੜੀ ਕੋਸ਼ਿਸ਼ ਕਰੀਏ ਤੇ ਪਾਣੀ ਲਗਾਤਾਰ ਪਤਲਾ-ਪਤਲਾ ਜਿਹੜਾ ਜ਼ਰੂਰ ਰੱਖੋ ਖੇਤ ਦੇ ਵਿੱਚ ਤਾਂ ਕਿ ਜਿਹੜੀ ਹੀਟ ਸਟ੍ਰੈਸ ਜਾਂ ਉੱਚ ਤਾਪਮਨ ਤੋਂ ਆਪਾਂ ਬਚਾ ਸਕੀਏ ਇੰਨੀਆਂ ਬੇਨਤੀਆਂ ਸੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਕਿਸਾਨ ਦੋਸਤੋ ਬਹੁਤ-ਬਹੁਤ ਧੰਨਵਾਦ ਜੀ ਖੁਸ਼ ਰਹੋ ਖੁਸ਼ ਰਹੋ